ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੁੰਡੇ ਕੌਡੀ ਖੇਡਣ ਬਈ ਖੇਡਣ ਵਿਚ ਖਾੜੇ ਆ ਕੇ ਚਿਹਰੇ ਦਗਦੇ ਸ਼ੇਰਾਂ ਦੇ ਰੱਖਦੇ ਡੋਲਿਆਂ ਨੂੰ ਲਿਸ਼ਕਾ ਕੇ ਦੁਨੀਆਂ ਪਹੁੰਚੀ ਜਾਂਦੀ ਏ ਦੂਰੋਂ ਨੇੜੇ ਹੁੰਮ ਹੁੰਮ ਆ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ। ਮਾਂ ਖੇਡ ਕਬੱਡੀ ਦੇ ਮੁਕਾਬਲੇ BC ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਦੇ ਵਿਚ 109-75 ਤੇ 126 ਤੇ ਜਿਹੜਾ ਸਪੋਰਟਸ ਅਰੀਨਾ ਉਹਦੀਆਂ ਨਵੀਆਂ ਗਰਾਊਂਡਾਂ ਦੇ ਵਿਚ ਮੁਕਾਬਲੇ ਜਿਹੜੇ ਆ ਕੱਲ ਲੱਖ ਲੱਖ ਦੀ ਰੇਡ ਤੇ ਲੱਖ ਲੱਖ ਦਾ ਜੱਫਾ ਹੋਊਗਾ। ਇਹ ਸਾਡੀ ਜੋ ਕਬੱਡੀ ਫੈਡਰੇਸ਼ਨ ਆਫ BC ਐਂਡ ਐਸੋਸੀਏਸ਼ਨ ਦੇ ਝੰਡੇ ਹੇਠ ਸਾਡੇ ਹੋਸਟ ਜਿਹੜੀ ਕਲੱਬ ਹੈ ਕੱਲ ਦੇ ਟੂਰਨਾਮੈਂਟ ਦੀ ਉਹ ਹੈ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ। ਇਹਦੇ ਵਿਚ 6 ਕਲੱਬਾਂ ਹਿੱਸਾ ਲੈਣਗੀਆਂ ਜਿਨ੍ਹਾਂ ਦੇ ਸਟਾਰ ਸੁਪਰ ਸਟਾਰ ਖਿਡਾਰੀ ਜਿਵੇਂ ਤੁਸੀਂ ਜਾਣਦੇ ਆ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਹੋਏ ਆ ਲਹਿੰਦੇ ਪੰਜਾਬ ਤੋਂ ਵੀ ਤੇ ਚੜ੍ਹਦੇ ਪੰਜਾਬ ਤੋਂ ਵੀ। 6 ਕਲੱਬਾਂ ਦੇ ਵਿਚ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ, ਯੂਨਾਈਟਿਡ BC ਫਰੈਂਡਸ ਕਬੱਡੀ ਕਲੱਬ, ਐਵਰਸਫੋਰਡ ਲਾਇਨਸ ਕਬੱਡੀ ਕਲੱਬ, ਪੰਜਾਬ ਟਾਈਗਰਸ ਕਬੱਡੀ ਕਲੱਬ, ਸਰਹਾਲਾ ਰਾਣੂਆ ਕਬੱਡੀ ਕਲੱਬ ਤੇ 6ਵੀਂ ਕਲੱਬ ਨਨਕਾਣਾ ਸਾਹਿਬ ਕਬੱਡੀ ਕਲੱਬ। ਸੋ ਇਹਨਾਂ 6 ਕਲੱਬਾਂ ਦੇ ਮੁਕਾਬਲੇ ਜਿਹੜੇ ਆ ਕੱਲ ਠੀਕ 10 ਵਜੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਅਰਦਾਸ ਹੋਵੇਗੀ। 10:30 ਵਜੇ ਪਹਿਲੇ ਮੈਚ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਜਾ ਗਿਆ ਔਰ ਮੈਕਸੀਮਮ 11 ਵਜੇ ਤੋਂ ਅਸੀਂ 5-7 ਮਿੰਟ ਪਹਿਲਾਂ ਹੀ ਪਹਿਲਾ ਮੈਚ ਸ਼ੁਰੂ ਕਰ ਦੇਣਾ। ਸੋ ਸਾਰੇ ਹੀ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ 10 ਵਜੇ ਆਓ ਔਰ ਇਸ ਗਰਾਊਂਡ ਦੇ ਵਿਚ ਕਬੱਡੀ ਦੀ ਸ਼ਾਨ ਵਧਾਓ ਔਰ ਸ਼ਾਮ ਤੱਕ ਕਬੱਡੀ ਦੇ ਮੈਚਾਂ ਦਾ ਆਨੰਦ ਮਾਣੋ। ਤੇ ਸਾਰੇ ਹੀ ਸਾਡੇ ਜਿਹੜੇ ਸਾਥੀ ਆ ਅੱਜ ਇਹ ਉਹ ਸਾਥੀ ਨੇ ਜਿਨ੍ਹਾਂ ਨੇ ਕਬੱਡੀ ਖੇਡੀ ਅਤੇ ਕਬੱਡੀ ਖਿਡਾ ਰਹੇ ਆ ਤੇ ਆਓ ਆਪਾਂ ਫਿਰ ਬੇਨਤੀ ਕਰਦੇ ਹਾਂ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਕਿ ਠੀਕ 10 ਵਜੇ ਆ ਕੇ ਆਪਣੀ ਚੰਗੀਆਂ ਚੰਗੀਆਂ ਸੀਟਾਂ ਤੇ ਬੈਠ ਜਾਓ ਤੇ ਲੱਖ ਲੱਖ ਦੀ ਰੇਡ ਤੇ ਲੱਖ ਲੱਖ ਦਾ ਜੱਫਾ ਮਾਂ ਖੇਡ ਕਬੱਡੀ ਦੇ ਮੁਕਾਬਲੇ ਔਰ ਹੋਸਟ ਟੀਮ ਜਿਹੜੀ ਹੈ ਉਹ ਆਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ। ਕੱਲ ਦਾ ਦਿਨ ਸਨੀ ਡੇ ਆ ਔਰ ਐਨ ਆਪਣੇ ਸਾਥੀਆਂ ਨੂੰ ਗੱਡੀਆਂ ਭਰ ਭਰ ਕੇ ਆਓ। ਬਹੁਤ ਵੱਡੀ ਪਾਰਕਿੰਗ ਜਿਹੜੀ ਸਾਡੇ ਕੋਲ ਹੈਗੀ ਆ ਔਰ ਉਹਦੇ ਵਿੱਚ ਤੁਸੀਂ ਆਪਣੀਆਂ ਗੱਡੀਆਂ ਨੂੰ ਬਹੁਤ ਹੀ ਨਿਯਮਾਂ ਦੇ ਮੁਤਾਬਕ ਜਿਹੜਾ ਪਾਰਕ ਕਰੋ ਤੇ ਕਬੱਡੀ ਦੀ ਗਰਾਊਂਡ ਵਿੱਚ ਆ ਕੇ ਕਬੱਡੀ ਦੀ ਸ਼ਾਨ ਬੜੀਏ। ਕਬੱਡੀ ਜ਼ਿੰਦਾਬਾਦ, ਅਣਖਾਂ ਦੇ ਸਰਨਾਮੇ ਦੱਸਦੀ ਰਹੇ ਕਬੱਡੀ, ਵਸਦੇ ਰਹਿਣ ਪੰਜਾਬੀ ਵਸਦੀ ਰਹੇ।